ਦੇ ਸਿੰਘ, ਕਾਫੀ ਬੱਚਿਆਂ ਦੀ ਇਹ ਕਾਲ ਰਹਿੰਦੀ ਆ ਕਿ ਸਾਨੂੰ USA ਦੇ ਲਈ ਗੌਰਮੈਂਟ ਯੂਨੀਵਰਸਿਟੀ ਦੇਖਣੀ ਚਾਹੀਦੀ ਆ ਜਾਂ ਫਿਰ ਪ੍ਰਾਈਵੇਟ ਯੂਨੀਵਰਸਿਟੀ ਦੇਖਣੀ ਚਾਹੀਦੀ ਆ। USA ਸਟੱਡੀ ਵੀਜ਼ਾ ਜੇਕਰ ਤੁਸੀਂ ਦੇਖਦੇ ਪਏ ਹੋ ਲਗਾਉਣਾ, ਤਾਂ ਅੱਜ ਦੇ ਟਾਈਮ ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਓਪਰਚੁਨਿਟੀ ਆ ਜਿਹੜੀ ਕਿ ਬਹੁਤ ਘੱਟ ਪੈਸੇ ਦੇ ਵਿੱਚ ਤੁਸੀਂ USA ਦਾ ਸਟੱਡੀ ਵੀਜ਼ਾ ਲੈ ਸਕਦੇ ਹੋ। USA ਦਾ ਸਟੱਡੀ ਵੀਜ਼ਾ ਲੈਣਾ ਆਲ ਡਿਪੈਂਡ ਔਨ ਇੰਟਰਵਿਊ। ਹਰੇਕ ਇਨਫੋਰਮੇਸ਼ਨ ਜਿਹੜੀ ਵੀ ਆ ਤੁਹਾਡੇ ਕੋਲ ਹੋਵੇ USA ਸਟੱਡੀ ਵੀਜ਼ਾ ਲੈਣ ਦੇ ਲਈ, ਜਾਂ ਜੋ ਵੀ ਤੁਸੀਂ ਸਟੈਪ ਚੱਕਦੇ ਹੋ USA ਸਟੱਡੀ ਵੀਜ਼ਾ ਲੈਣ ਦੇ ਲਈ, ਉਹਨਾਂ ਦਾ ਫਿਨਿਸ਼ਿੰਗ ਪੁਆਇੰਟ ਇੰਟਰਵਿਊ ਦੇ ਉੱਤੇ ਆ, ਕਿਉਂਕਿ USA ਦਾ ਸਟੱਡੀ ਵੀਜ਼ਾ ਇੰਟਰਵਿਊ ਦੇ ਉੱਤੇ ਆ। ਹੁਣ ਮੈਟਰ ਕੀ ਕਰਦਾ ਤੁਹਾਡੇ ਕੋਲ ਗੌਰਮੈਂਟ ਯੂਨੀਵਰਸਿਟੀ ਹੋਣੀ ਚਾਹੀਦੀ ਆ ਜਾਂ ਫਿਰ ਪ੍ਰਾਈਵੇਟ ਯੂਨੀਵਰਸਿਟੀ ਹੋਣੀ ਚਾਹੀਦੀ ਆ। ਗੌਰਮੈਂਟ ਯੂਨੀਵਰਸਿਟੀ ਹੋਵੇ ਚਾਹੇ ਪ੍ਰਾਈਵੇਟ ਯੂਨੀਵਰਸਿਟੀ ਹੋਵੇ, ਦੋਨਾਂ ਦੇ ਆਪਣੇ ਆਪਣੇ ਬੈਨੀਫਿਟਸ ਆ। ਦੋਨੇ ਦੀਆਂ ਯੂਨੀਵਰਸਿਟੀਜ਼ ਜੇਕਰ ਆਪਾਂ ਦੇਖਦੇ ਹਾਂ USA, ਅਤੇ ਉਹ USA ਦੀਆਂ ਹੀ ਯੂਨੀਵਰਸਿਟੀਜ਼ ਨੇ। ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਗੌਰਮੈਂਟ ਯੂਨੀਵਰਸਿਟੀ ਦੇ ਵਿੱਚ ਜਾਣਾ ਜਾਂ ਫਿਰ ਮੈਂ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਜਾਣਾ, ਮੈਨੂੰ ਕੀ ਬੈਨੀਫਿਟਸ ਹੋ ਸਕਦੇ ਆ? ਗੌਰਮੈਂਟ ਯੂਨੀਵਰਸਿਟੀਜ਼ ਜਿਹੜੀਆਂ ਹੁੰਦੀਆਂ ਆ ਉਹ ਤੁਹਾਡੇ ਸਾਰੇ ਦੇ ਸਾਰੇ ਡਾਕੂਮੈਂਟ ਬਹੁਤ ਕਲੀਅਰਲੀ ਵੈਰੀਫਾਈ ਕਰਦੇ ਆ। ਸਮਟਾਈਮ ਉਹ ਮੇਲਸ ਵੀ ਕਰਦੇ ਆ ਤੁਹਾਡੀ ਯੂਨੀਵਰਸਿਟੀ ਨੂੰ ਇੱਥੇ, ਜਾਂ ਸਕੂਲ ਨੂੰ ਜੋ ਵੀ ਇੰਡੀਆ ਦੇ ਵਿੱਚ ਹੈਗੇ ਆ ਉਹਨਾਂ ਨੂੰ ਕਾਲ ਕਰਕੇ ਕਨਫਰਮੇਸ਼ਨ ਲੈਂਦੇ ਆ ਕਿ ਹਾਂ ਬੱਚਾ ਇੱਥੇ ਪੜ੍ਹਿਆ ਆ। ਪ੍ਰਾਈਵੇਟ ਯੂਨੀਵਰਸਿਟੀਜ਼ ਇਹਨਾਂ ਵੱਲ ਘੱਟ ਧਿਆਨ ਦਿੰਦੇ ਆ। ਉਸ ਤੋਂ ਬਾਅਦ ਤੁਹਾਡੀਆਂ ਗੌਰਮੈਂਟ ਯੂਨੀਵਰਸਿਟੀਜ਼ ਦੇ ਨਾਲ ਡਾਇਰੈਕਟ ਤੁਹਾਡੇ ਵੈਬੀਨਾਰ ਅਟੈਂਡ ਹੁੰਦੇ ਆ, ਤੁਹਾਨੂੰ ਵੈਬੀਨਾਰਸ ਕੁਛ ਅਟੈਂਡ ਕਰਨੇ ਪੈਂਦੇ ਆ ਜਿਹਦੇ ਵਿੱਚ ਉਹ ਤੁਹਾਡੇ ਨਾਲ ਫੇਸ ਟੂ ਫੇਸ ਗੱਲ ਕਰਦੇ ਆ, ਤੁਹਾਨੂੰ ਟਿਪਸ ਦਿੰਦੇ ਆ ਕਿ ਕਿਉਂ ਵੀਜ਼ਾ ਲੈਣਾ ਚਾਹੀਦਾ, ਕਿਸ ਤਰੀਕੇ ਨਾਲ ਤੁਸੀਂ ਵੀਜ਼ਾ ਲੈ ਸਕਦੇ ਆ, ਕਿਉਂ ਇੱਥੇ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ, ਤੁਹਾਨੂੰ ਸਟੱਡੀ ਦੇ ਕੀ ਬੈਨੀਫਿਟਸ ਹੈਗੇ ਆ। USA ਦੀਆਂ ਇਹ ਚੀਜ਼ਾਂ ਗੌਰਮੈਂਟ ਯੂਨੀਵਰਸਿਟੀਜ਼ ਜ਼ਿਆਦਾ ਹੈਲਪ ਕਰਦੀਆਂ। ਪ੍ਰਾਈਵੇਟ ਯੂਨੀਵਰਸਿਟੀਜ਼ ਇਹ ਕੰਪੇਅਰ 'ਤੇ ਥੋੜ੍ਹਾ ਜਿਹਾ ਘੱਟ ਇਹਨਾਂ ਚੀਜ਼ਾਂ ਦੇਖਦੀਆਂ। ਜੇਕਰ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਬਹੁਤ ਵਧੀਆ ਰੈਂਕ ਵਾਲੀ ਦੇਖਦੇ ਪਏ ਹੋ, ਡੈਫੀਨੇਟਲੀ ਉਹ ਸਾਰੀਆਂ ਚੀਜ਼ਾਂ ਨੂੰ ਫੁਲਫਿਲ ਕਰਦੀ ਆ। ਅਤੇ ਤੁਸੀਂ USA ਦਾ ਜੇਕਰ ਵੀਜ਼ਾ ਲੈਣਾ ਚਾਹੁੰਦੇ ਹੋ, ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਠੀਕ ਹੈ, ਆਪਣੀ ਅਪੁਆਇੰਟਮੈਂਟ ਸੈੱਟ ਕਰਕੇ ਮੀਟਿੰਗ ਦੇ ਲਈ ਆ ਸਕਦੇ ਹੋ। ਅਤੇ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਟੈਲੀਗ੍ਰਾਮ ਦਾ ਗਰੁੱਪ ਆ, ਉੱਥੇ ਤੁਸੀਂ ਡਾਇਰੈਕਟ ਜੁਆਇਨ ਕਰਕੇ ਅਪਡੇਟਸ ਦੇਖ ਸਕਦੇ ਹੋ। ਅਤੇ ਬਹੁਤ ਘੱਟ ਰੇਟ ਦੇ ਵਿੱਚ USA ਦਾ ਸਟੱਡੀ ਵੀਜ਼ਾ ਜੇਕਰ ਕਰਾਉਣਾ ਚਾਹੁੰਦੇ ਹੋ, ਕਾਲ ਕਰੋ।